ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹਨਾਂ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਆਪਾਂ ਅੱਜ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਣੇ ਰਹੋ। ਅੱਜ ਆਪਾਂ 29 ਫਰਵਰੀ ਨੂੰ ਵੀਡੀਓ ਕਵਰ ਕਰਦੇ ਹਾਂ। ਅੱਜ 30 ਤੋਂ 35 ਨਾਗ ਆਪਾਂ ਸਾਨੂੰ ਸੇਲ ਵਾਸਤੇ ਦਿਖਾਵਾਂਗੇ। ਇੱਕ ਨੰਬਰ 'ਤੇ ਪਹਿਲਾਂ ਮੱਛੀ ਦਿਖਾਉਂਦੇ ਹਾਂ। ਸਾਈਜ਼ ਆਪਣਾ ਜਰਸੀ 'ਚ ਕਰੋਸ ਬੱਸੀ ਆ, ਮਗਰ ਜਰਸੀ ਬੱਸੀ ਆ। ਠੰਡੀ ਸੀਲ ਤੁਸੀਂ ਦੇ ਸਕਦੇ ਹੋ। ਧਾਰਾਂ ਮਾਰ ਦੇ ਪਤਵਾੜੀ ਪਹਿਲੇ ਸਟਾਰਟਿੰਗ 'ਤੇ ਧਾਰਾਂ ਮਾਰ, ਜੇਲ ਦਿਖਾ ਦਿਓ, ਜੇਲ ਪ੍ਰੋਪਰ ਪੈ ਚੁੱਕੀ ਆ। 35 ਨਗ ਬਕਾਊ ਨੇ। 29 ਫਰਵਰੀ ਨੂੰ ਵੀਡੀਓ ਬਣਾ ਰਿਹਾ, ਵੀਡੀਓ ਦੇ ਐਂਡ ਤੱਕ ਦੇਖਿਓ। ਸਾਹੀਵਾਲ ਜਰਸੀ ਕਰੋਸ ਸਾਰੀਆਂ ਬੱਸੀਆਂ ਦਿਖਾਵਾਂਗੇ ਮਾਰ ਸਰ। ਕੋਲੀ 'ਤੇ ਮੋਟੀ ਚਵਾਈ ਹੈ। ਕੋਈ ਮੇਰਾ ਵੀਰ ਔਨਲਾਈਨ ਮੰਗਾਉਂਦਾ ਥਣਾ ਨਹੀਂ ਪਾਸ ਇਹ, ਠੀਕ ਆ। ਇਕੱਲੇ ਇਕੱਲੇ ਕੋਈ ਭੂਰ ਸਰਲਾ ਨਹੀਂ, ਮਤਲਬ 27-28 ਕਿਲੋ ਕਾਨੂੰਨ ਨੇ ਤੋਂ ਦਿੱਤਾ ਵਾ। ਮਗਰ ਬੱਸੀ ਟੋਪ ਦੀ ਜਰਸੀ ਆ, ਤੁਹਾਨੂੰ ਦਿਖਾਵਾਂਗੇ। ਬੱਸੀ ਦਿਖਾ ਦਿਓ, ਟੋਪ ਦੀ ਜਰਸੀ ਬੱਸੀ ਆ, ਤੁਸੀਂ ਦੇ ਸਕਦੇ ਹੋ। ਇੱਦਾਂ ਦਾ ਮਤਲਬ ਬੱਸੀ ਪਾਲਣ ਵਾਲਾ, ਮਤਲਬ ਆਪਾਂ ਕਹਿੰਦੇ ਵੀ ਲਿਓ 27-28 ਕਿਲੋ ਵਾਲੀ ਦੀ ਬੱਸੀ, ਇਹਨੂੰ ਪਾਲ ਲਿਓ, ਬੱਚਾ ਬਹੁਤ ਕੰਮ ਦਾ ਗਾ। ਸੋ ਅੱਗੇ ਤੁਹਾਨੂੰ 2 ਨੰਬਰ 'ਤੇ ਬੱਸੀ ਦਿਖਾਉਣੇ ਆ, ਤੋਰ ਕੇ ਸਾਰੇ 1 ਨੰਬਰਾਂ ਨੂੰ। ਸੋ 1 ਨੰਬਰਾਂ ਨੂੰ ਤੋਰ ਕੇ ਦਿਖਾਵਾਂਗੇ। ਕੱਲ੍ਹ ਨੂੰ ਆਪਾਂ ਆਪਣੇ ਫਾਰਮ 'ਤੇ 35 ਨਗ ਸੇਲ ਵਾਸਤੇ ਅਵੇਲੇਬਲ ਨੇ। ਕੋਈ ਮੇਰਾ ਵੀਰ ਫੋਨ ਕਰਕੇ ਆ ਸਕਦਾ ਗਾ। 35 ਨਗ ਆ, ਦਿਖਾ ਦਿਓ ਬੱਸੀ। ਕੰਪੈਕਟ ਆਡਰ ਆ, ਜਰਸੀ ਕਰੋਸ ਦੇ ਵਿੱਚ ਪੈਂਦੀ ਆ। 27-28 ਕਿਲੋ ਕਾਨੂੰਨ ਨੇ ਤੋਂ ਦਿੱਤਾ ਗਾ। ਦੂਜਾ ਸੂਆ ਸੂਈ ਆ, ਜਰਸੀ ਬੱਸੀ ਮਗਰ ਆ ਇਹਦੇ। ਦੇ ਸਕਦੇ ਹੋ ਥਣ ਲੇਵਾ ਨੇੜ ਤੋਂ ਚੈੱਕ ਕਰਾ ਦਿਓ। ਕੱਲਾ ਕੱਲਾ ਨਿੱਕਾ ਖਾਣਾ, ਤੁਹਾਨੂੰ ਧਾਰਾਂ ਮਾਰ ਕੇ ਦਿਖਾਤੀਆਂ, ਥਣ ਨੇੜ ਤੋਂ ਚੈੱਕ ਕਰਾ ਦਿਓ। ਅੱਗੇ 2 ਨੰਬਰ 'ਤੇ ਬੱਸੀ ਆ ਗਈ। ਇਹ ਦੂਜਾ ਸੂਆ ਸੂਈ ਹੋਈ, ਇਹਦੇ ਮਗਰ ਵੀ ਬੱਸੀ ਆ। ਇਹ ਕੱਲ੍ਹ ਸੂਈ ਆ, ਇਹਨੇ ਮਗਰ ਵੀ ਬੱਸੀ ਆ। 2 ਨੰਬਰ 'ਤੇ ਬੱਸੀ ਆ ਗਈ। ਦੇ ਸਕਦੇ ਹੋ ਠੰਡੀ ਸੀਲ ਆ ਪੂਰੀ। ਅੱਗੇ 3 ਨੰਬਰ 'ਤੇ ਬੱਸੀ ਆ ਗਈ, ਇਹਦੇ ਮਗਰ ਮੇਲ ਕਰਾਵਾ। 17-18 ਕਿਲੋ ਬੋਲਾ ਇਸ ਵੇਲੇ ਤਿਆਰ ਆ, ਫੁੱਲ ਬਰੀਡ ਦੇ ਵਿੱਚ ਬੱਸੀ ਆ ਗਈ। 17-18 ਕਿਲੋ ਬੋਲਾ ਤਿਆਰ ਆ, ਇਹਦੇ ਮਗਰ ਮੇਲ ਕਰਾਫਾ, ਬੱਚਾ ਦਿਖਾ ਦਿਓ। ਅੱਗੇ 4 ਨੰਬਰ 'ਤੇ ਬੱਸੀ ਆ ਗਈ ਜੀ, ਇਹਦੇ 35 ਕਿਲੋ ਦਾ ਰਿਕਾਰਡ ਆ ਕਾਨੂੰਨ ਦਾ ਬੱਸੀ ਦਾ। ਆਹ ਬੱਸੀ ਤੋਰ ਦੇ, ਇੱਕ ਹੋਰ ਤੋਰਾਂਗੇ, ਫਿਰ ਜ਼ਿਆਦਾ ਨਗ ਤੋਰ ਕੇ ਨਹੀਂ ਦਿਖਾਵਾਂਗੇ, ਕਿਉਂਕਿ ਵੀਡੀਓ ਲੰਬੀ ਹੋਊਗੀ। ਆਪਾਂ ਤੁਹਾਨੂੰ 35 ਨਗ ਦਿਖਾਉਣੇ ਜੀ, ਮੋਟੀ ਮੋਟੀ ਜਾਣਕਾਰੀ ਫੋਨ 'ਤੇ ਮਿਲ ਜੂਗੀ। ਬਾਕੀ ਵਟਸਐਪ 'ਤੇ ਮੈਸੇਜ ਕਰਕੇ ਵੀਡੀਓ ਮੰਗਾ ਸਕਦੇ ਹੋ। ਫਾਰਮ ਦੀ ਬੱਸੀ ਆ, ਸਾਰਾ ਰਿਕਾਰਡ ਦੇ ਦਾਂਗੇ ਇਹਦਾ, ਮਾੜੇ ਮੂੰਹ ਉੱਥੇ ਚੈੱਕ ਕਰਾ ਦਿਓ। ਫਾਰਮ ਦੀ ਬੱਚੀ ਆ, ਸਾਰਾ ਰਿਕਾਰਡ ਦੇ ਦਾਂਗੇ। 35 ਕਿਲੋ ਤੱਕ ਦਾ ਰਿਕਾਰਡ ਰਿਹਾ ਪਹਿਲਾਂ ਦਾ। ਦੂਜਾ ਸੂਆ ਸੂਰੀ, ਇੱਕ ਹਫ਼ਤਾ ਪਿੰਡ ਗਿਆ, ਨਵੇਂ ਚੈੱਕ ਕਰਾ ਦਿਓ। ਰਵਾਨੇ 'ਚ ਢੁੱਲਾ ਨੇੜ ਤੋਂ ਦਿਖਾ ਦਿਓ। ਇਹ ਸਾਰੇ ਬਲਬ ਨੂੰ ਕੱਢ ਕੇ ਨੇ, ਫਿਰ ਬੱਸੀ ਨੇ ਸੋਹਣਾ ਫੁੱਲ ਬਰੀਡ ਦੇ ਵਿੱਚ ਬੱਸੀ ਆ। ਟੋਪ ਦਾ ਰਿਕਾਰਡ ਆ ਬੱਸੀ ਦਾ, ਸਾਰਾ ਰਿਕਾਰਡ ਦੇ ਦਾਂਗੇ। ਕਿਹੜਾ ਸੀਮਨ ਦੀ ਆਪ ਆ, ਕਿਹੜਾ ਸੀਮਨ ਲੱਗਿਆ ਹੋਇਆ ਤੁਸੀਂ ਦੇ ਸਕਦੇ ਹੋ। ਅੱਗੇ ਲਵਾ ਨੇੜ ਤੋਂ ਚੈੱਕ ਕਰ ਸਕਦੇ ਹੋ। ਇੰਨੇ ਢਿੱਲ ਵੱਲ ਕੱਢ ਕੇ ਫਿਰ ਇਹਨੇ ਸੁਣਾ ਕੇ ਦੇ ਸਕਦੇ, ਬੋਲਾ ਬੋਲਾ ਪਿਆ ਗਾ, ਫੁੱਲ ਬਰੀਡ 'ਚ ਬੱਸੀ ਆ। ਅੱਗੇ 6 ਨੰਬਰ 'ਤੇ ਬੱਸੀ ਆ ਗਈ, ਦੇ ਸਕਦੇ ਹੋ। ਪੂਰਾ ਕੰਪੈਕਟ ਆ ਜਿਹਾ, ਜਿਹਨੂੰ ਆਪਾਂ ਕਹਿੰਦੇ ਨਾ ਬਰੀਡ, ਆ ਬਰੀਡ ਦੀਆਂ ਨਿਸ਼ਾਨੀਆਂ ਜਿਹੜੇ ਮੇਰੇ ਵੀਰ ਬਰੀਡਰ ਨੇ ਸਾਰਾ ਕੁਝ ਦੇ ਲੈਣਗੇ। ਆਹ ਫਾੜੀ ਵਾਲਾ ਲੇਵਾ, ਅਤੇ ਹੁਣ ਸਟਾਰਟਿੰਗ ਬੋਲਾ ਇਹਦੇ ਥੱਲੇ 22-23 ਕਿਲੋ ਆ। ਤੜਕੇ ਰਾਤ ਸੂਈ ਆ, ਜੇ ਰੁਪਈਆ ਦੇ ਸਾਹ ਲਓ, ਰਾਤ ਸੂਈ ਆ, ਮਗਰ ਬੱਸੀ ਆ, ਬੱਸੀ ਦਿਖਾ ਲਓ। ਸੈਕਸ਼ਨ ਸੀਮਣ ਦੀ ਬੱਸੀ ਆ, ਇਹ ਸੈਕਸ਼ਨ ਸੀਮਣ ਦੀ ਬੱਸੀ ਆ, ਜੇ ਰੁਪਏ ਚੁੱਕੀ ਆ। ਪਹਿਲੇ ਸੂਏ ਦਾ ਰਿਕਾਰਡ 32-33 ਕਿਲੋ ਦੇਣਾ ਵੀ, ਤੋਰ ਦੇ ਬੁੱਢੇ ਵੀ। ਪੂਰਾ ਹੱਥੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ, ਚੰਗੀ ਸੇਵਾ ਦੇ ਨਾਲ ਫੀਡ ਮੈਨੇਜਮੈਂਟ ਵਧੀਆ ਹੋਇਆ। 40 ਲੀਟਰ ਦੁੱਧ ਵੀ ਬੱਸੀ ਪਾ ਦੂ, ਬਰੀਡ ਚੈੱਕ ਕਰਿਓ ਬੱਸੀ ਤੁਰਦੀ ਵੀ, ਤੋਰ ਦੇ ਬੁੱਢਾ। ਆ ਫੇਸ ਕੁਆਲਿਟੀ ਚੈੱਕ ਕਰਾ ਦਿਓ, ਸਾਰਾ ਰਿਕਾਰਡ ਆ ਬੱਸੀ ਦਾ, ਕਿਹੜੇ ਸੀਮਣ ਦੀ ਆਪ ਆ, ਕਿਹੜਾ ਅੱਗੇ ਬੱਚਾ ਗਾ, ਸਾਰਾ ਰਿਕਾਰਡ ਦੇ ਦਾਂਗੇ। ਲਵੇ ਤੋਂ ਚੈੱਕ ਕਰਾ ਦਿਓ, ਕੱਲਾ ਕੱਲਾ ਨਿਖਰਮਾ ਥਣ ਲੱਗਿਆ ਹੋਇਆ, ਪੂਰਾ ਕੰਪੈਕਟ ਆਡਰ ਆ। ਬੱਸੀ ਦੀ ਹਾਈਟ ਲੈਂਥ ਫੁੱਲ ਆ, ਲੈਂਥ ਵਧਾਉਂਦਾ, ਹਾਈਟ ਲੈਂਥ ਫੁੱਲ ਆ ਬੱਸੀ ਦੀ। ਵਟਸਐਪ 'ਤੇ ਵੀਡੀਓ ਮੰਗਾ ਸਕਦੇ ਹੋ। ਸਾਰਾ ਰਿਕਾਰਡ ਆ ਬੱਸੀ ਦਾ,
ਇਹ ਬੱਸੀ ਦੂਜਾ ਸੂਆ ਸੂਈ ਆ। ਪਹਿਲੇ ਸੂਏ ਤੇ 24-25 ਕਿਲੋ ਦੁੱਧ ਪਾਇਆ, ਫੁੱਲ ਹਾਈਟ ਫੁੱਲ ਲੈਂਥ ਹੈ। ਤੁਸੀਂ ਵਟਸਐਪ ਤੇ ਵੀਡੀਓ ਮੰਗਾ ਲਿਓ, ਮੋਟੀ ਮੋਟੀ ਡਿਟੇਲ ਤੁਹਾਨੂੰ ਦੇ ਦੀ। ਇਹ ਬੱਸੀ ਦੂਜਾ ਸੂਆ ਸੂਈ ਆ, ਪਹਿਲੇ ਸੂਏ ਦਾ ਜਿਹੜਾ ਹੈਗਾ 27-28 ਲੀਟਰ ਦਾ ਰਿਕਾਰਡ ਆ। ਸੋਹਣਾ ਹੱਥੀ ਕੁਆਈ ਜਿਹੜਾ ਥਣ ਲੱਗਿਆ, ਤੋੜ ਦੇ ਬੁੱਤ ਬੱਸੀ ਕਰਿਓ। ਇਹ ਤੋੜ ਕੇ ਤਿਆਰ ਬੱਸੀ ਆ, ਇੱਕ ਦੋ ਦਿਨ ਸੂਣ ਲੈਂਦੀ ਆ। ਅੱਗੇ ਤੁਹਾਨੂੰ ਅਖੀਰੀ ਬੱਸੀ ਦਿਖਾਵਾਂਗੇ, ਨਗਮਾ ਤੋੜ ਕੇ ਦਿਖਾਵਾਂਗੇ, ਤੁਸੀਂ ਦੇ ਸਕਦੇ ਲੋ। ਠੰਡੀ ਸੀਰ ਪੂਰੀ ਖੀਰੀ ਆ, ਹਜੇ ਦੁੱਧ ਵਾਲੇ ਦੰਦਾਂ ਦੇ ਵਿੱਚ ਢਿੱਲ ਦੇਖੋ, ਆ ਢਿੱਲ ਵਾਲ ਕੱਢ ਕੇ ਹਫ਼ਤੇ ਤੱਕ ਦੀ ਡਿਲੀਵਰੀ ਹੋਣੀ ਆ। ਇਕੱਲਾ ਇਕੱਲਾ ਨਿਕਲਣਾ ਥਾਣਾ ਉਹਨੇ ਤੁਰਦੀ ਬੱਸੀ ਦੇਖੋ। ਆਹ ਦੂਜਾ ਸੂਆ ਬੱਸੀ ਸੂਣਾ ਗਾ, ਤਿਆਰ ਆ, ਇੱਕ ਦੋ ਦਿਨ ਸੂਣ ਨੂੰ ਲੈਂਦੀ ਆ। ਹਵਾਨਾ ਚੈੱਕ ਕਰਿਓ, ਕਿਉਂਕਿ ਆਪਣੀ ਖਰੀਦ ਆ ਜਿਹੜੀ ਉਹ ਕੰਪੈਕਟ ਆਰਡਰ ਦੀ ਖਰੀਦ ਆ। ਹੁਣ ਬਰੀਡ 'ਤੇ ਕੰਮ ਹੋ ਰਿਹਾ, ਉੱਦਾਂ ਹੀ ਆਪਾਂ ਆਪਣੀ ਮਤਲਬ ਖਰੀਦ ਦੇ ਵਿੱਚ ਵੀ ਉੱਦਾਂ ਹੀ ਸੁਧਾਰ ਕੀਤਾ ਗਾ। ਜਿਹੜੀ ਕਸਟਮਰਾਂ ਦੀ ਡਿਮਾਂਡ ਆ ਉਹਦੇ ਅਕੋਰਡਿੰਗ ਹੀ ਆਪਾਂ ਬੱਸੀ ਪਰਚੇਜ ਕਰਦੇ ਹਾਂ। ਹਾਈਟ 'ਤੇ ਲੈਂਥ ਦਿਖਾ ਦਿਓ, ਰੁਕ ਲਾ ਪੁੱਤ ਰੁਕ ਲਾ, ਲੈ ਚੱਲ। ਸੋ ਅੱਗੇ ਖੀਰੀ ਬੱਸੀ ਆ ਗਈ, ਪਹਿਲਾਂ ਸੂਆ ਸੂਰੀ ਆ, ਫਿਰ ਇਹਨਾਂ ਦੋ ਦਿਨਾਂ ਦੇ ਵਿੱਚ ਆ, ਅਤੇ ਲਾਸਟ 'ਤੇ ਆ ਗਈ ਇਹਦੀ। ਵਟਸਐਪ 'ਤੇ ਵੀਡੀਓ ਮੰਗਾ ਸਕਦੇ। ਇਹ ਤੋਂ ਇਲਾਵਾ ਆਪਾਂ ਤੁਹਾਨੂੰ 15-16 ਨਗ ਆਪਣੇ ਜਿਹੜੇ ਨੇ ਉਹ ਜਰਸੀ ਅਤੇ ਜਰਸੀ ਕਰੋਸ ਸਾਹੀਵਾਲ ਟੋਪ ਤੋਂ ਟੋਪ ਜਿਹੜੇ ਗਰਮੀਆਂ ਦੇ ਤੋਹਫੇ ਨੇ ਆਪਾਂ ਤੁਹਾਨੂੰ ਇਹ ਦਿਖਾਉਣੇ ਆ। 15-16 ਨਗ ਨੇ, ਉਹ ਕਹਿਣ ਵਾਲੀਆਂ ਗੱਲਾਂ ਨਹੀਂ ਵਿੱਚ ਆਪਾਂ ਕਹਿੰਦੇ ਹੁੰਦੇ ਹਾਂ ਵੀ ਜੇ ਠੰਡੀ ਸੀਲ ਨਹੀਂ ਹੁੰਦੀ। ਕੈਮਰਾ ਵੀਰ ਮੈਨੂੰ ਕਹੂੰਗਾ ਵੀ ਦਿਖਾ ਦਿੰਦੇ ਹੋ, ਜਿਹੜੇ ਮਰਜ਼ੀ ਪਾਸੇ ਜਿਹੜੀ ਮਰਜ਼ੀ ਬੱਸੀ 'ਤੇ ਬਹਿ ਜਾਓ। ਲਓ ਲਓ ਠੰਡੀਆਂ ਸੀਲ ਆ, ਮੋਟੀ ਮੋਟੀ ਡਿਟੇਲ ਦਊਂਗਾ, ਇੱਕ ਦਿਨ ਦੋ ਦਿਨ ਜਿਹੜੇ ਮਰਜ਼ੀ ਬਹਿ ਜਾਓ। ਉਹ ਵਿੱਚ ਵੀਰਾਂ ਦਾ ਫੋਨ ਆਉਂਦਾ, ਕਹਿੰਦੇ ਤੁਸੀਂ ਹਰ ਇੱਕ ਦੇ ਥੱਲੇ ਬਹਿ ਜਾਂਦੇ ਹੋ, ਪਰ ਆਪਣੀ ਖਰੀਦ ਹੀ ਉਹ ਲਓ, ਚਾਹੇ ਬੱਚੇ ਤੋਂ ਹੀ ਜਾਣ ਜਿਹੜਾ ਮਰਜ਼ੀ, ਕਿਉਂਕਿ ਗਰਮੀਆਂ ਦੇ ਤੋਹਫੇ ਕਿਉਂ ਚੀਜ਼ਾਂ ਨੇ, ਠੰਡੀਆਂ ਸੀਲ ਨੇ ਥੋੜ੍ਹੀਆਂ। ਲਓ ਦੇਖ ਸਕਦੇ ਕਿਹੜੇ ਮਰਜ਼ੀ ਨਾਲ ਥਣ ਲੈ, ਸਾਰੀਆਂ ਲੈ ਲਓ, ਚੈੱਕ ਕਰਾ ਦਿਓ, ਮੋਟੀ ਮੋਟੀ ਡਿਟੇਲ ਦੇ ਦਾਂਗੇ। 10-15 ਨਗ ਨੇ ਜਿਹੜੇ ਕਰੋਸ ਅੰਗ ਦੇ ਵਿੱਚ ਆ ਗਏ, ਸਾਰੇ ਮੋਟੀ ਮੋਟੀ ਡਿਟੇਲ ਦੇ ਦਾਂਗੇ। ਪਹਿਲਾਂ ਬੱਸੀ ਆ ਦੰਦਾਂ ਦੇ ਵਿੱਚ, ਇਹ ਸਾਧੂ ਲਓ, ਐਂ ਨਹੀਂ ਹੈਗਾ ਵੀ ਪਹਿਲਾਂ ਲੱਤਾਂ ਮਾਰੀਆਂ, ਲਓ ਇਹ ਕੋਈ ਚੱਕਰ ਨਹੀਂ। ਜਿਹੜਾ ਮੇਰਾ ਵੀਰ ਆਊਗਾ ਆਪਣੇ ਫਾਰਮ 'ਤੇ, ਆਪਾਂ ਖਾਲੀ ਨਹੀਂ ਮੋੜਦੇ, ਨਗ ਦੇ ਕੇ ਤੋਰਾਂਗੇ। ਗਾਹਕ ਬਣ ਕੇ ਆਇਓ, ਕੱਲ੍ਹ ਨੂੰ ਆਪਣੇ ਨਗ ਫਾਰਮ 'ਤੇ 35 ਨਗ ਪਕਾਉ ਨੇ, ਕੱਲ੍ਹ ਨੂੰ ਸੌਦੇ ਸਟਾਰਟ ਨੇ। ਜਿਹੜਾ ਮਰਜ਼ੀ ਵੀਰ ਆਊਗਾ ਕੰਟੀਨਿਊ ਆਪਣੇ ਫਾਰਮ 'ਤੇ, ਜਦੋਂ ਮਰਜ਼ੀ ਆ ਜਾਓ, 20+ ਨਗ ਆਪਣੇ ਫਾਰਮ 'ਤੇ ਹੁੰਦੇ ਨੇ। ਮੋਟਾ ਮੋਟਾ ਕੈਮਰਾ ਵੀਰ ਨੂੰ ਕਹੂੰਗਾ, ਸਾਰੇ ਥਣ ਚੈੱਕ ਕਰਾ ਦਿਓ ਇੱਕ ਵਾਰੀ, ਸਾਰੇ ਥਣ ਦਿਖਾ ਦਿਓ ਲਵੇ ਲਗਾ। ਥਣ ਦੀ ਪਸ਼ੂ ਆਪਾਂ ਮਾੜਾ ਨਹੀਂ ਲੈਂਦੇ, ਥਣ ਇਕੱਲਾ ਇਕੱਲਾ ਨਿਖਰਾਂ ਵਾ ਸਾਰੀਆਂ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ।